एक बार फिर तो मां पुत दा पवित्र रिश्ता तार तार होया। नाभा दे पिंड फैजगढ़ दे विच लू कंडे खड़े कर देने वाली घटना वापरी है। एक 50 साल औरत दी उस दे घर दे विचो ही दबी हुई लाश मिली है। कहा जा रहा है कि पुत दे वलो ही अपनी मां दा कतल करके लाश नु घर दे विच दफना दिता गया सी। मृतक औरत दा नाम किरना दस्या जा रहा है, जिसका पुत्र नशे करन दा आदी है। जदों इस पूरी वारदात तो बाद पुलिस प्रशासन वारदात वाली थां ते पहुंचदा है तां पुत दी निशानदेही ते मां दी लाश बरामद कीती जांदी है अते पुत नूं पुलिस गिरफ्तार कर अगे दी कारवाई शुरू करदी है। हालांकि औरत दा कतल क्यों कीता गया है, इस बारे पुलिस पता लगाउण दी कोशिश कर रही है। मृतक औरत दे भतीजे दा कहना है कि साबर अली घरेलू कलेश करके डिप्रैशन दे विच रहिंदा सी, जिसने उस दी भूआ दा कतल कर दिता। ਘਟਨਾ ਦਾ ਵੀਰ ਜੀ, ਸਵੇਰੇ 8:30 ਵਜੇ ਘਰੇ ਫੋਨ ਗਿਆ ਸੀ ਮੇਰੇ ਬੜੇ ਮਾਮੇ ਦੇ ਮੁੰਡੇ ਦਾ। ਅੱਛਾ ਜੀ। ਉਹਨੇ ਕਿਹਾ ਸੀ ਵੀ ਤੁਹਾਡੇ ਭੂਆ ਦੀ ਅੰਦਰ ਡੈੱਡ ਬੋਡੀ ਪਈ ਆ, ਵੀ ਛੋਟਾ ਵਿਚਾਰ ਲੈ ਮਾਮੇ ਦਾ ਮੁੰਡਾ ਧਾਰਾਂ ਕੱਢਣ ਆ ਰਹੀ ਡੰਗਰਾਂ ਦੇ ਮੋਟਰ ਤੇ। ਅੱਛਾ ਜੀ। ਜਦੋਂ ਜਾ ਕੇ ਮਾਮੇ ਦੇ ਮੁੰਡੇ ਨੇ ਦੇਖਿਆ ਉਹ ਸੱਚਿਓ ਦੀ ਬੋਡੀ ਪਈ ਸੀ। ਉਹਦੇ ਬੇਟੇ ਨੇ ਇਹ ਕਿਹਾ ਸੀਗਾ ਵੀ ਮੇਰੀ ਮਾਂ ਮਰ ਗਈ, ਮੈਂ ਆਪੇ ਦੱਬਤੀ। ਅੱਛਾ। ਉਹਨਾਂ ਦੇ ਕਿੰਨੇ ਟਾਈਮ ਤੋਂ ਇਕੱਲੇ ਰਹਿੰਦੇ ਸੀ, ਮਾਤਾ ਜੀ ਜਾਂ ਨਾਲ ਰਹਿੰਦਾ ਸੀ ਕੋਈ ਇਹਨਾਂ ਦੇ? ਇਹ ਇਕੱਲੇ ਰਹਿੰਦੇ ਸੀ ਘੱਟੋ ਘੱਟ 5 ਸਾਲ ਤੋਂ ਜੀ। ਇਹਦਾ ਬੇਟਾ ਆ ਜਾਂਦਾ ਸੀ 5-7 ਦਿਨ ਰਹਿ ਕੇ ਵਗ ਜਾਂਦਾ ਸੀ ਆਪਦੇ ਜਿੱਥੇ ਨਵੇਂ ਪਿੰਡ ਜੀ ਉਹਦਾ ਮਕਾਨ ਸੀ ਜਿੱਥੇ। ਕਾਰਨ ਤਾਂ ਇਹ ਸੀ ਜੀ ਉਹਦੀ ਮਾਂ ਇਕੱਲੀ ਰਹਿੰਦੀ ਤੇ ਉਹ ਕਹਿੰਦਾ ਸੀ ਮੇਰੇ ਆਪਾਂ ਮਾਂ ਪੁੱਤ ਇਕੱਠੇ ਰਹੀਏ, ਜਿੱਥੇ ਮੇਰੇ ਬਾਪ ਦੀ ਜਾਇਦਾਦ ਆਪਾਂ ਉੱਥੇ ਰਹੀਏ। ਅੱਛਾ ਜੀ। ਹੋਰ ਇਕੱਲੀ ਰਹਿਣਾ ਮਨ ਬਹੁਤ ਦੋਏ ਰਹਿਣਾ ਮੰਨਦੇ ਨਹੀਂ ਤੇ ਜੀ। ਅੱਛਾ ਜੀ। ਉਹਦੇ ਕਰਕੇ ਕਲੇਸ਼ ਰਹਿੰਦੇ, ਥੋੜਾ ਜਿਹਾ ਮੈਡੀਕਲ ਨਸ਼ਾ ਲੈਣ ਲੱਗ ਗਿਆ ਸੀ, ਦਿਮਾਗ ਤੇ ਟੈਨਸ਼ਨ ਰਹਿੰਦੀ ਸੀ। ਉਹਨਾਂ ਦੀ ਜਾਇਦਾਦ ਵਗੈਰਾ ਹੋਰ ਕਿਹੜੇ ਪਿੰਡ ਸੀਗੀ? ਜਾਇਦਾਦ ਨਵੇਂ ਪਿੰਡ ਅਮਰਗੜ੍ਹ 'ਚ ਪੈਂਦਾ, ਮੁਹੰਮਦਪੁਰਾ। ਅੱਛਾ ਜੀ। ਬੇਟਾ ਉਹਦਾ ਉੱਥੇ ਰਹਿੰਦਾ ਸੀ, ਉਹ ਪਹਿਲੇ ਬਾਪ ਦਾ ਬੇਟਾ ਸੀ, ਮੇਰੀ ਭੂਆ ਦਾ ਦੋ ਪਹਿਲਾਂ ਵਿਆਹ ਹੋਇਆ ਵਾ ਸੀ। ਅੱਛਾ ਜੀ। ਉਹ ਮੁਲਾਜ਼ਮ ਸੀ ਜੀ, ਉਹ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਮੇਰੇ ਫੁੱਫੜ ਦੀ। ਫਿਰ ਇਹ ਮੇਰੀ ਇੱਕ ਭੂਆ ਮੇਰੇ ਮਾਮੇ ਨੂੰ ਵਿਆਹੀ ਹੋਈ ਸੀ, ਉਹ ਮਰ ਗਈ ਸੀ, ਫਿਰ ਇਹ ਭੂਆ ਨੂੰ ਮੇਰੀ ਨੂੰ ਇੱਧਰ ਸ਼ਿਫਟ ਕਰਤਾ ਸੀ। ਅੱਛਾ ਜੀ। ਮਤਲਬ ਦੁਆਰੇ ਵਿਆਹ ਹੋਇਆ ਸੀ ਤਾਂ ਉਹ ਇਕੱਲੇ ਰਹਿੰਦੇ ਸੀ? ਇਕੱਲੇ ਰਹਿੰਦੇ ਸੀ। ਠੀਕ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਅਤੇ ਆਪਣੇ ਬੁਢਾਪੇ ਦਾ ਸਹਾਰਾ ਮੰਨਿਆ, ਉਸੇ ਪੁੱਤਰ ਨੇ ਆਪਣੇ ਹੱਥਾਂ ਦੇ ਨਾਲ ਆਪਣੀ ਮਾਂ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਘਰ ਦੇ ਵਿੱਚ ਹੀ ਦਫਨਾ ਦਿੱਤਾ। ਸਕਾਈ ਨਿਊਜ਼ ਪੰਜਾਬ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਦੁਖੀ ਭੈਣ ਭਰਾਵਾਂ ਦੇ ਸੱਜੇ ਹਮਦਰਦ ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 98787-17500। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ ਚ ਧੋਖਾ, ਪ੍ਰੇਮੀ ਪ੍ਰੇਮਿਕਾ ਚ ਝਗੜਾ, ਸੌਤਨ ਦੁਸ਼ਮਣ ਦਾ ਖਾਤਮਾ, ਤਲਾਕ ਕੇਸ, ਜ਼ਮੀਨੀ ਝਗੜਾ, ਕਰਜ਼ਾ ਮੁਕਤੀ, ਵਿਦੇਸ਼ ਯਾਤਰਾ, ਵਿਦੇਸ਼ ਚ ਪੱਕੇ ਹੋਣਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿਚ ਕਰੋ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 98787-17500। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।